ਦੋਵੇਂ ਹੱਥ ਜੋੜ ਕੇ ਪੰਦਰਾ ਬਾਜਾ ਵਾਲੇ ਨੂੰ ਆਕੇ ਦੁਨੀਆਂ ਦੇ ਵਿੱਚ ਆਕੇ ਦੁਨੀਆਂ ਦੇ ਵਿੱਚ ਕੀਤੇ ਜੋਧ ਲਿਆਰੇ ਆਪਣੇ ਵੱਡੇ ਵੱਡੇ ਨੂੰ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੀ ਆ ਨਾ ਉਹ ਕੌਮ ਦੁਨੀਆਂ ਦੇ ਨਕਸ਼ੇ
ਜੀ ਕਿਉਂਕਿ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਝ ਕੀਤਾ ਜੱਜ ਆਪਾਂ ਉਹਨਾਂ ਦੀ ਯਾਦ ਵਿੱਚ ਸਮਾਗਮ ਕੀਤੇ ਆ ਨਾ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਉਹਨਾਂ ਦੀ ਕਮਾਈ ਹੈ ਤੇ ਮੇਰੇ ਵਰਗਾ ਦੁਨੀਆਂ ਤੋਂ ਚਲਾ ਜਾਏ ਮਰ ਜਾਏ ਕੌਣ ਯਾਦ ਕਰਦਾ ਪਰ ਇਹ ਜੇ ਦੁਨੀਆਂ ਤੋਂ ਗਏ ਆਪਣਾ ਰੁਤਬਾ ਉੱਚਾ ਕਰਕੇ ਗਏ ਸ਼ਹੀਦ ਹੋ ਕੇ ਗਏ ਤੇ ਅੱਜ ਇਹਨਾਂ ਨੂੰ ਦੁਨੀਆਂ ਯਾਦ ਕਰਦੀ ਆ ਸਲਾਮਾਂ ਕਰਦੀ ਆ ਇਹ ਇਹਨਾਂ ਦੀ ਕਮਾਈ ਹੈ ਸ਼ਹੀਦਾਂ ਦੀ ਤੇ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਦੇ ਮਾਲਕ ਹੋ ਜੁੜ ਕੇ ਬੈਠੇ ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਰਜ਼ੀ ਨਾਲ ਜੁੜ ਕੇ ਬੈਠੇ ਆਓ ਸਭ ਤੋਂ ਪਹਿਲਾਂ ਅੱਜ ਦੇ ਬਾਜਾ ਵਾਲੇ ਜੀਓ ਸੁਨਹਿਰੀ ਤਾਜਾ ਵਾਲੇ ਬਾਜੀ ਵਾਹ ਨੀਂਦ ਦੇ ਸ਼ਾਹ ਅਸਮਾਰ ਪੁੱਤਰਾਂ ਦੇ ਧਾਨੀ ਪਿਤਾ ਦੇ ਧਾਨੀ ਸ਼ਹੀਦ ਪਿਤਾ ਦੇ ਪੁੱਤਰ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਪੜਨੇ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਦਿੱਤੀ ਫਤਿਹ ਪ੍ਰਵਾਨ ਕਰੀਏ ਜਿੰਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ ਕੱਜ ਵੜ ਕੇ ਦੋਵੇਂ ਹੱਥ ਜੁੜ ਕੇ ਉੱਚੀ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਮਾਂ ਤੁਸੀਂ ਸੁਣਿਆ ਕਿੰਨਾ ਗਿਆ ਤੇ ਆਪ ਜੀ ਵੱਡਿਆਂ ਧੰਨਵਾਦ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਕਰਦੇ ਜਿਹੜੇ ਆਪ ਜੀ ਬੜੇ ਲੰਬੇ ਸਮੇਂ ਤੋਂ ਜੁੜ ਕੇ ਬੈਠੇ ਹੋ ਮੇਰੇ ਤੋਂ ਪਹਿਲਾਂ ਬੜੇ ਬੁਲਾਰੇ ਨੇ ਸਟੇਜ ਉੱਤੇ ਹਾਜ਼ਰੀ ਲਵਾਈ ਹੈ ਸਾਡੇ ਢਾਡੀ ਇੱਥੇ ਦੀ ਹਾਜ਼ਰੀ ਪ੍ਰਵਾਨ ਕਰਿਓ ਕਿਰਪਾ ਕਰੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ ਕਰੇ ਆਪ ਜੀ ਦਾ ਇੱਕ ਇੱਕ ਕਦਮ ਚੱਲ ਕੇ ਆਪ ਜੀ ਦਾ ਲੇਖੇ ਵਿੱਚ ਲੱਗੇ ਔਰ ਸਾਡੀ ਗੁਰੂ ਕੀ ਲਾੜ ਦੀ ਫੌਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਰ ਦੀ ਲਾੜ ਦੀ ਫੌਜ ਪਹੁੰਚੀ ਹੈ ਜੀ ਆਇਆਂ ਕਹਿੰਦੇ ਧੰਨਵਾਦ ਕਰਦੇ ਹਾਂ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਧੰਨਵਾਦ ਕਰਦੇ ਹਾਂ ਮਹਾਂਪੁਰਖ ਪਹੁੰਚੇ ਨੇ ਸੰਗਤ ਜੀਓ ਆਪ ਜੀ ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹੋ ਸਭ ਤੋਂ ਪਹਿਲਾਂ ਮੈਂ ਆਪਣੇ ਨਿਮਾਣ ਦੇ ਢਾਡੀ ਜੱਥੇ ਵੱਲੋਂ ਆਪ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਤੁਸੀਂ ਵਧਾਈ ਦੇ ਪਾਤਰ ਹੋ ਵਧਾਈ ਦਿੰਦਾ ਆ ਆਪ ਜੀ ਉਹਨਾਂ ਨੂੰ ਯਾਦ ਕਰ ਰਹੇ ਹੋ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹੋ ਉਹਨਾਂ ਦੀ ਫੁਲਵਾੜੀ ਹੈ ਜਿਹੜੀ ਅੱਜ ਇਕੱਤਰ ਹੋ ਕੇ ਉਹਨਾਂ ਦੀ ਫੁਲਵਾੜੀ ਅੱਜ ਇਕੱਠੀ ਹੋ ਕੇ ਅੱਜ ਉਹਨਾਂ ਦਾ ਜਸ ਮਨਾ ਰਹੀ ਅੱਜ ਉਹਨਾਂ ਦੇ ਦਿਨ ਮਨਾ ਰਹੀ ਹੈ ਵੱਡੇ ਭਾਗਾਂ ਦੀ ਗੱਲ ਹੈ ਭਾਈ ਬੜੀ ਖੁਸ਼ੀ ਦੀ ਗੱਲ ਹੈ ਸੰਗਤ ਜੀ ਸੱਤਵੇਂ ਪਾਤਸ਼ਾਹ ਤੋਂ ਲੈ ਕੇ ਸੱਤਵੇਂ ਪਾਤਸ਼ਾਹ ਤੋਂ ਲੈ ਕੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਔਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਚਾਰ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧ ਰੱਖਦੇ ਆ ਬਾਬਾ ਜੀਵਨ ਸਿੰਘ ਜੀ ਦਾ ਪਰਿਵਾਰ ਹੈ ਜਿਹੜਾ ਉਹਨਾਂ ਦੇ ਪਿਤਾ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਪਿਤਾ ਸਦਾਨੰਦ ਜੀ ਸੰਗਤ ਜੀ ਏਦਾਂ ਹੀ ਚਾਰ ਗੁਰੂ ਸਾਹਿਬਾਨਾਂ ਦਾ ਇਹ ਪਰਿਵਾਰ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਗੁਰੂ ਜੀ ਮਹਾਰਾਜ ਦੇ ਨਾਲ ਜੁੜਿਆ ਭਾਈ ਸਦਾਨੰਦ ਜੀ ਕੀਰਤਨ ਕਰਦੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਬਾਬਾ ਜੀਵਨ ਸਿੰਘ ਦੇ ਜਿਹੜੇ ਪਿਤਾ ਜੀ ਹੋਈ ਨੇ ਇਹਨਾਂ ਦੀ ਪੀੜ੍ਹੀ ਜਿਹੜੀ ਇਹਨਾਂ ਦੇ ਪਰਿਵਾਰ ਦੀ ਸ਼ੁਰੂਆਤ ਹੈ ਜਿਹੜੀ ਭਾਈ ਕਲਿਆਣਾ ਜੀ ਤੋਂ ਹੋਈ ਜਿਹਦਾ ਮੇਰੇ ਨੋਟਿਸ ਦੇ ਵਿੱਚ ਆਇਆ ਭਾਈ ਕਲਿਆਣਾ ਜੀ ਦੇ ਪੁੱਤਰ ਸੀ ਸੁੱਖ ਭਾਣ ਜੀ ਤੇ ਸੁੱਖ ਭਾਣ ਜੀ ਦੇ ਪੁੱਤਰ ਸੀ ਭਾਈ ਜਸ ਜੀ ਭਾਈ ਜਸ ਜੀ ਦੇ ਦੋ ਪੁੱਤਰ ਸੀ ਭਾਈ ਸਦਾਨੰਦ ਤੇ ਭਾਈ ਆਗਿਆ ਰਾਮ ਤੇ ਭਾਈ ਸਦਾਨੰਦ ਜੀ ਦੇ ਅੱਗੇ ਦੋ ਪੁੱਤਰ ਹੋਏ ਨੇ ਬਾਬਾ ਜੈਤਾ ਜੀ ਤੇ ਭਾਈ ਸੰਗਤ ਸਿੰਘ ਜਿਹੜੇ ਬਾਅਦ ਦੇ ਵਿੱਚ ਅੰਮ੍ਰਿਤ ਛਕ ਕੇ ਬਾਬਾ ਜੀਵਨ ਸਿੰਘ ਬਣ ਗਏ ਤੇ ਬਾਅਦ ਦੇ ਵਿੱਚ ਉਹ ਬਾਬਾ ਸੰਗਤ ਸਿੰਘ ਬਣ ਗਏ ਸੰਗਤ ਜੀ ਆਪ ਜੀ ਉਹਨਾਂ ਦੇ ਦਿਨ ਮਨਾ ਰਹੇ ਹੋ ਯਾਦ ਕਰ ਰਹੇ ਹੋ ਆਓ ਉਹਨਾਂ ਸ਼ਹੀਦਾਂ ਨੂੰ ਉਹਨਾਂ ਮਰਦਾਂ ਦੀਆਂ ਵਾਰਾਂ ਆਪਾਂ ਗਾਈਏ ਉਹ ਜਿਹੜੇ ਮਰਦ ਉਹ ਯੋਧੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਨਿੱਕੇ ਹੁੰਦੇ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਗੁਰੂਆਂ ਦੀ ਪੁੱਕੜ ਵਿੱਚ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਬਾਬਾ ਜੀਵਨ ਸਿੰਘ ਜੀ ਨੂੰ ਤੇ ਸੰਗਤ ਜੀ 1659 ਗੱਗੋ ਮਾਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਪਿਤਾ ਸਦਾਨੰਦ ਤੇ ਮਾਤਾ ਕਰਮੋ ਜੀ ਦੀ ਕੁੱਖ ਦੇ ਵਿੱਚੋਂ ਕਈ ਇਤਿਹਾਸਕਾਰ ਮਾਤਾ ਪ੍ਰੇਮੋ ਜੀ ਵੀ ਲਿਖਦੇ ਆ ਤੇ ਸੰਗਤ ਜੀ ਉਹ ਮਹਾਨ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲੈ ਕੇ ਪੈਦਾ ਹੋ ਕੇ ਉਹ ਦੁਨੀਆਂ ਦੇ ਉੱਤੇ ਅੱਜ ਇਹ ਜਿਹਾ ਨਾਮ ਆਪਣਾ ਖਰਾ ਕਰਕੇ ਜਾਣਾ ਆ ਜਿਹਨੇ ਮਹਾਰਾਜ ਦੇ ਨਾਲ 14 ਜੰਗਾਂ ਲੜਨੀਆਂ ਨੇ ਜਿਹਨੇ ਖੰਡਾ ਜੰਗਾਂ ਵਿੱਚ ਖੰਡਾ ਖੜਕਾਉਣਾ ਤੇ ਸਮੇਂ ਦੇ ਹਾਲਾਤਾਂ ਦੇ ਨਾਲ ਲੜਨਾ ਤੇ ਆਓ ਸੰਗਤ ਜੀ ਉਹ ਮਾਤਾ ਕਰਮੋ ਉਹ ਮਾਤਾ ਪ੍ਰੇਮੋ ਨੇ 1649 ਈਸਵੀ ਨੂੰ ਉਹ ਮਹਾਨ ਯੋਧਾ ਮਹਾਨ ਮਰਦ ਬਾਬਾ ਜੈਤਾ ਨੂੰ ਕਿੱਦਾਂ ਜਨਮ ਦੇ ਕੇ ਦੁਨੀਆਂ ਤੇ ਭੇਜਿਆ ਉਹ ਮਾਤਾ ਕਰਮੋ ਨੇ ਇੱਡਾ ਯੋਧਾ ਪੈਦਾ ਕੀਤਾ ਦੁਨੀਆਂ ਦੇ ਉੱਤੇ ਨਾ ਤਾਂ ਉਹਦੇ ਵਰਗਾ ਯੋਧਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ ਕਿਉਂਕਿ ਦੁਨੀਆਂ ਦੇ ਉੱਤੇ ਯੋਧੇ ਤਾਂ ਬੜੇ ਹੋਏ ਨੇ ਭਾਵੇਂ ਅਰਜਨ ਵਰਗਿਆਂ ਦਾ ਦੇਸ਼ ਆ ਜਿਹੜਾ ਹੈ ਮੰਨਿਆ ਪਰਮੰਨਿਆ ਨਿਸ਼ਾਨੇ ਬਾਸੀ ਦੁਨੀਆਂ ਦਾ ਯੋਧਾ ਅਰਜਨ ਉਹ ਯੋਧਾ ਅਰਜਨ ਦਾ ਅੱਖਾਂ ਤੇ ਪੱਟੀ ਬੰਨ ਕੇ ਨਿਸ਼ਾਨਾ ਲਾ ਦਿੰਦਾ ਸੀ ਥੱਲੇ ਤੇਲ ਦੇ ਕੜਾਹੀ 'ਚ ਦੇਖ ਕੇ ਤਾਂ ਏਦਾਂ ਤੀਰ ਕਮਾਉਣੇ ਤਾਂ ਕਸਣਾ ਤੇ ਦੇਖਣਾ ਕੜਾਹੀ ਦੇ ਵਿੱਚ ਤਾਂ ਮੱਛੀ ਦੀ ਅੱਖ ਦੇ ਨਿਸ਼ਾਨਾ ਲਾ ਦਿੰਦਾ ਸੀ ਏਦਾਂ ਮੰਨਿਆ ਪਰਮੰਨਿਆ ਯੋਧਾ ਸੀ ਯੋਧਾ ਅਰਜਨ ਪਰ ਉਹ ਤਾਂ
ਇੱਕ ਟਾਈਮ 'ਚ ਇੱਕ ਹੀ ਨਿਸ਼ਾਨਾ ਲਾਉਂਦਾ ਸੀ ਉਹਦਾ ਅਰਜਨ ਸੀ ਜਿਹੜਾ ਉਹਦਾ ਇੱਕ ਟਾਈਮ 'ਚ ਇੱਕੋ ਹੀ ਨਿਸ਼ਾਨਾ ਲਾਉਂਦਾ ਸੀ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਸਿੱਖ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬਾਬਾ ਜੀਵਨ ਸਿੰਘ ਵਰਗੇ ਉਹ ਜਿਹੜੇ ਇੱਕ ਟਾਈਮ 'ਚ ਦੋ ਨਿਸ਼ਾਨੇ ਲਾਉਂਦੇ ਸੀ ਤੇ ਨਿਸ਼ਾਨਾ ਉੱਕਦਾ ਨਹੀਂ ਸੀ ਮਜਾਲ ਨਹੀਂ ਸੀ ਨਿਸ਼ਾਨਾ ਉੱਕ ਜਾਵੇ ਭਾਵੇਂ ਅਰਜਨ ਵਰਗਿਆਂ ਦਾ ਦੇਸ਼ ਹੈ ਉਹਦਾ ਇੱਕੋ ਟਾਈਮ 'ਚ ਇੱਕ ਹੀ ਨਿਸ਼ਾਨਾ ਲਾਉਂਦਾ ਸੀ ਪਰ ਧੰਨ ਬਾਬਾ ਜੀਵਨ ਸਿੰਘ ਜੀ ਇੱਦਾਂ ਦੇ ਹੋਏ ਨੇ ਜਿਹੜੇ ਇੱਕ ਟਾਈਮ 'ਚ ਦੋ ਨਿਸ਼ਾਨੇ ਲਾਉਂਦੇ ਸੀ ਦੋ ਨਾਗਣੀ ਦੇ ਬਾਗ ਵੀ ਬੰਦੂਕਾਂ ਚਲਾਉਂਦੇ ਸਨ ਤੇ ਦੋਵੇਂ ਹੱਥ ਨਾਲ ਘੋੜੇ ਦੀਆਂ ਵਾਗਾਂ ਪਹਿਲਾਂ ਮੂੰਹ ਦੇ ਵਿੱਚ ਫੜ ਕੇ ਦੋਵੇਂ ਹੱਥ ਨਾਲ ਤਲਵਾਰਬਾਜ਼ੀ ਕਰਕੇ ਵੈਰੀਆਂ ਦੇ ਐਸੇ ਆਉ ਦੋਦੇ ਤੇ ਮਤਾਂ ਦੇ ਜੰਗਤਰ ਵੈਰੀਆਂ ਨੂੰ ਭਾਜੜਾ ਪਾ ਕੇ ਰੱਖ ਦਿੰਦੇ ਐਦਾਂ ਦਾ ਸ਼ੋਧਾ ਉਹ ਮਾਤਾ ਕਰਮੋ ਨੇ ਆਪਣੀ ਕੁੱਖ ਚੋਂ ਗੱਗੋ ਮਾਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ ਤੇ ਕਿਦਾਂ ਉਹ ਯੋਧ ਨੇ ਜਨਮ ਲਿਆ ਤੇ ਦੁਨੀਆ ਦੇ ਉੱਤੇ ਅੱਜ ਦੁਨੀਆ ਯਾਦ ਕਰਦੀ ਉਸ ਮਰਦ ਨੂੰ ਆਹ ਤੇ ਜਦੋਂ ਜਨਮ ਲਿਆ ਉਹ ਸਮਤੀਆਂ ਲੈਣਾਂ ਨੂੰ ਬਲਕਰ ਸਿੰਘ ਬਾਜ ਦਾ ਢਾਡੀ ਜੱਥਾ ਮੋਗੇ ਵਾਲਾ ਢਾਡੀ ਜੱਥਾ ਹੇ ਇਉਂ ਕਹਿੰਦਾ ਵੀ
ਕਸੂਰ ਮੇ ਕਈ ਮਾਰੀਆਂ ਮਾਰਾ ਹੋ ਕਲਗੀ ਧਰ ਦਾ ਸਿੱਖ ਸੀ ਕੀ ਸਿਫਤ ਉਚਾਰ ਧਰ ਮੇ ਯੁੱਧ ਵਿੱਚ ਸੂਰ ਮੇ ਕਈ ਮਾਰੀਆਂ ਮਾਰਾ ਹੋ ਔਖਾ ਚੱਲਣਾ ਵਾਰ ਸੀ ਦੁਸ਼ਮਣ ਨੂੰ ਉਹਦਾ ਹਾਂ ਤਾਂ ਕਰਮੋ ਜਨ ਮਿਆ ਜੀਵਨ ਸਿੰਘ ਯੋਧਾ ਮਾਤਾ ਕਰਮੋ ਜਨਮਿਆ ਜੀਵਨ ਸਿੰਘ ਯੋਧਾ ਮਾਤਾ ਕਰਮੋ ਜਨਮਿਆ ਜੀਵਨ ਸਿੰਘ ਯੋਧਾ ਮਾਤਾ ਕਰਮੋ ਜਨਮਿਆ ਜੀਵਨ ਸਿੰਘ ਯੋਧਾ ਉਹ ਮਾਂ ਨੇ ਐਸਾ ਯੋਧਾ ਦੁਨੀਆਂ ਦੇ ਉੱਤੇ ਪੈਦਾ ਕੀਤਾ ਤੇ ਸੰਗਤ ਜੀ ਨੇ ਦੁਨੀਆਂ ਦੇ ਉੱਤੇ ਜਸ ਪਾਇਆ ਆਪਣਾ ਨਾਮ ਕਾਇਮ ਅਮਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਰਨ ਜੰਗਾਂ ਵਿੱਚ ਸਾਥ ਦਿੱਤਾ ਤੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਰਨ ਨੇ ਆਪਣੇ ਜੀਵਨ ਵਿੱਚ ਤਲਵਾਰ ਦੀਆਂ 14 ਜੰਗਾਂ ਲੜੀਆਂ ਤੇ 14 ਦੇ ਵਿੱਚੋਂ 12 ਜੰਗਾਂ ਬਾਬਾ ਜੀਵਨ ਸਿੰਘ ਨੇ 12 ਜੰਗਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਮੋਢੇ ਨਾਲ ਮੋਢਾ ਲਾ ਕੇ ਲੜੀਆਂ ਬਰੋਬਰ ਖੜ ਕੇ ਮਹਾਰਾਜ ਨੇ ਡਿਊਟੀ ਲਈ ਸੀ ਬਾਬੇ ਜੀਵਨ ਸਿੰਘ ਦੀ ਕਿ ਜੀਵਨ ਸਿਆ ਜਦੋਂ ਵੀ ਕਿਤੇ ਜਾ ਕੇ ਜੰਗ ਹੁੰਦਾ ਨਾ ਜਿੱਥੇ ਵੀ ਕਿਤੇ ਜੰਗ ਹੁੰਦਾ ਸੀ ਮਹਾਰਾਜ ਨੇ ਉਹਦੀ ਡਿਊਟੀ ਲਈ ਸੀ ਬਾਬੇ ਜੀਵਨ ਸਿੰਘ ਦੀ ਤੇ ਉਹਨੂੰ ਇੱਕ ਇਹ ਵੀ ਗੱਲ ਨੋਟ ਕਰੋ ਭਾਈ ਦਾ ਖਿਤਾਬ ਸਭ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਨੂੰ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੇ ਕਿਸੇ ਨੂੰ ਭਾਈ ਕਿਹਾ ਤੇ ਉਹ ਬਾਬਾ ਜੀਵਨ ਸਿੰਘ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਮਰ ਦੇ ਵਿੱਚ ਵੱਡੇ ਸੀ ਭਾਵੇਂ ਤੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਤੁਸੀਂ ਸਾਰਿਆਂ ਨੇ ਸੁਣਿਆ ਕਿੱਦਾਂ ਮਹਾਰਾਜ ਦਾ ਸੀਸ ਲੈ ਕੇ ਆਉਂਦੇ ਇਤਿਹਾਸ ਤੁਸੀਂ ਅਨੇਕਾਂ ਵਾਰ ਸੁਣਿਆ ਤੇ ਆਪਾਂ ਉਹ ਜੰਗ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਜਿੱਦਾਂ ਮਹਾਰਾਜ ਨਾਲ ਕਿੱਦਾਂ ਜੰਗ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਉਹ ਵੀ ਵਾਰਾਂ ਪੇਸ਼ ਕਰਦੇ ਹਾਂ ਆਓ ਪਹਿਲਾਂ ਜਦੋਂ ਪੜਨੇ ਦੀ ਧਰਤੀ ਤੇ ਸੀ ਨਾ ਜਦੋਂ ਬਾਬਾ ਜੀਵਨ ਸਿੰਘ ਵੀ ਨਿੱਕੇ ਜੇ ਸੀ ਤੇ ਜਦੋਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਅਸਾਮ ਦੀ ਧਰਤੀ ਵੱਲ ਗਏ ਸੀ ਮਹਾਰਾਜ ਜਾਂਦੇ ਜਾਂਦੇ ਪਰਿਵਾਰ ਨੂੰ ਕਹਿ ਕੇ ਗਏ ਵੀ ਸਾਡੇ ਘਰ ਇੱਕ ਪੁੱਤਰ ਪੈਦਾ ਹੋਏਗਾ ਉਹਦਾ ਨਾਮ ਗੋਬਿੰਦ ਰਾਏ ਰੱਖ ਦੇਣਾ ਇਹਨੀ ਕਹਿ ਕੇ ਨੌਵੇਂ ਪਾਤਸ਼ਾਹ ਅਸਾਮ ਵੱਲ ਸੰਗਤਾਂ ਨੂੰ ਉਤਾਰਨ ਵਾਸਤੇ ਚਲੇ ਗਏ ਸਿੱਖੀ ਦਾ ਪ੍ਰਚਾਰ ਕਰਨ ਅਸਾਮ ਚਲੇ ਗਏ ਤੇ ਉਸ ਤੋਂ ਬਾਅਦ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਦੇ ਕਿਰਪਾ ਦੇ ਨਾਲ ਉਹਨਾਂ ਦੇ ਘਰੇ ਸਾਧ ਸਰਾਏ ਦੀ ਧਰਮਸ਼ਾਲਾ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਬਾਲ ਗੋਬਿੰਦ ਰਾਏ ਨੇ ਜਨਮ ਲਿਆ ਅਵਤਾਰ ਧਾਰਿਆ ਤੇ ਸੰਗਤ ਜੀ ਨਾਮ ਰੱਖਿਆ ਗੋਬਿੰਦ ਰਾਏ ਜਿਹੜਾ ਨੌਵੇਂ ਪਾਤਸ਼ਾਹ ਜੀ ਕਹਿ ਕੇ ਗਏ ਮਾਮਾ ਕਿਰਪਾਲ ਚੰਦ ਵੀ ਉਸੇ ਧਰਮਸ਼ਾਲਾ ਵਿੱਚ ਬੈਠੇ ਆ ਤੇ ਬੇਬੇ ਨਾਨਕੀ ਜੀ ਮਾਤਾ ਨਾਨਕੀ ਨੌਵੇਂ ਪਾਤਸ਼ਾਹ ਦੇ ਮਾਤਾ ਨਾਨਕੀ ਜੀ ਉਹ ਵੀ ਉੱਥੇ ਮੌਜੂਦ ਨੇ ਤੇ ਸਾਰਾ ਪਰਿਵਾਰ ਬੜੇ ਖੁਸ਼ੀ ਵਿੱਚ ਚੌਣੀ ਚੁੱਕਿਆ ਜਾਂਦਾ ਜਦੋਂ ਘਰ ਦੇ ਵਿੱਚ ਨਿੱਕਾ ਜਿਹਾ ਬਾਲ ਆਇਆ ਤੇ ਸੰਗਤ ਜੀ ਇੱਥੇ ਭੀਖਣ ਸ਼ਾਹ ਪੀਰ ਵੀ ਆਇਆ ਪਰ ਮੈਂ ਗੱਲ ਅੱਗੇ ਲੈ ਕੇ ਚੱਲਣਾ ਸਮਾਂ ਮੇਰੇ ਕੋਲ ਬੜਾ ਸੀਮਤ ਹੈ ਸਾਡੇ ਸੰਗਤ ਵੱਲੋਂ ਬੇਅੰਤ ਸ਼ੀਰਵਾਦ ਮਾਣ ਇਤਿਹਾਸ ਦੇ ਮਾਣ ਦੇ ਵਿੱਚ ਪਹੁੰਚਿਆ ਰੰਗਰੇਟਾ ਟ੍ਰੈਵਲ ਉਹਨਾਂ ਦੇ ਵੱਲੋਂ 100 ਰੁਪਏ ਤੁਹਾਡੀ ਇੱਥੇ ਸਤਿਕਾਰ ਵਿੱਚ ਪਹੁੰਚਿਆ ਗੁਰੂ ਕੀ ਲਾੜ ਦੀ ਫੌਜ ਪਹੁੰਚੀ ਉਹਨਾਂ ਵੱਲੋਂ ਬੇਅੰਤ ਮਾਣ ਸਾਡੇ ਪ੍ਰਬੰਧਕ ਸਾਹਿਬਾਨਾਂ ਵੱਲੋਂ ਹੋਰ ਰੰਗਰੇਟੇ ਗੁਰੂ ਕੇ ਬੇਟੇ ਟਰੱਸਟ ਦੇ ਵੱਲੋਂ ਬੇਅੰਤ ਸ਼ੀਰਵਾਦ ਮਾਣ ਸਤਿਕਾਰ ਪਿਆਰ ਤੁਹਾਡੀ ਇੱਥੇ ਦੇ ਸਨਮਾਨ ਦੇ ਵਿੱਚ ਭੇਜਿਆ ਗਿਆ ਵਾਹਿਗੁਰੂ ਕਿਰਪਾ ਕਰੇ ਆਪਣੀ ਚੜ੍ਹਦੀ ਕਲਾ ਬਖਸ਼ ਕਰੇ ਮੈਂ ਬੇਨਤੀ ਕਰਾਂ ਜਿੰਨੀਆਂ ਵੀ ਸੰਗਤਾਂ ਨੇ ਆਸੇ ਪਾਸੇ ਫਿਰ ਰਹੀਆਂ ਜਿਨ੍ਹਾਂ ਨੇ ਲੰਗਰ ਪਾਣੀ ਛਕਲਾ ਜਾਂ ਸੇਵਾ ਨਹੀਂ ਕਰ ਰਹੇ ਜਿਹੜੇ ਸੇਵਾ ਕਰ ਰਹੇ ਨੇ ਉਹ ਸੇਵਾ ਕਰਨ ਤੇ ਜੇ ਨਹੀਂ ਸੇਵਾ ਕਰ ਰਹੇ ਇੱਧਰ ਉੱਧਰ ਫਿਰਦੇ ਨੇ ਤਾਂ ਕਿ ਦੀਵਾਨ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਇਤਿਹਾਸ ਬਹੁਤ ਕੀਮਤੀ ਹੈ ਤੇ ਤੁਹਾਨੂੰ ਪਤਾ ਤੁਹਾਡੇ ਪ੍ਰਬੰਧਕਾਂ ਨੇ ਏਡੇ ਵੱਡੇ ਪ੍ਰਬੰਧ ਕੀਤੇ ਆ ਜਿੱਥੇ ਦੂਰੋਂ ਦੂਰੋਂ ਬੁਲਾਇਆ ਜੇ ਇਤਿਹਾਸ ਨਾ ਸੁਣਿਆ ਤਾਂ ਫਿਰ ਕੋਈ ਫਾਇਦਾ ਨਹੀਂ ਤੁਹਾਡਾ ਇੱਥੇ ਆਉਣ ਦਾ ਇਤਿਹਾਸ ਸੁਣੋਗੇ ਆਪਣੇ ਬੱਚਿਆਂ ਨੂੰ ਦੱਸੋਗੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਬਿਠਾਓਗੇ ਤਾਂ ਤੁਹਾਨੂੰ ਪਤਾ ਲੱਗ ਸਕੇਗਾ ਸਾਡੇ ਇਤਿਹਾਸ ਕੀ ਹੈ ਕਿਉਂਕਿ ਮੈਂ ਆਹ ਕਈ ਵਾਰੀ ਵੇਖਿਆ ਜਦੋਂ ਫਤਿਹਗੜ੍ਹ ਸਾਹਿਬ ਸਰਹੱਦੀ ਧਰਤੀ ਨੇ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਲਾਨਾ ਜੋੜ ਮੇਲਾ ਲੱਗਦਾ ਨਾ ਜੀ ਤੇ ਹੁਣ ਵੀ ਆਉਣਾ ਹੈ ਤੇ ਜਦੋਂ ਉਹਦੇ ਬੱਚੇ ਆਪਣੇ ਮਾਪਿਆਂ ਨਾਲ ਉੱਥੇ ਜਾਂਦੇ ਆ ਸਥਾਨਾਂ ਦੇ ਮਹਾਰਾਜ ਦਰਸ਼ਨ ਕਰਨ ਵਾਸਤੇ ਉੱਥੇ ਸ਼ਹੀਦੀ ਜੋੜ ਮੇਲੇ 'ਤੇ ਜਾਂਦੇ ਸਾਹਿਬਜ਼ਾਦਿਆਂ ਦੇ ਤੇ ਪੱਤਰਕਾਰ ਬੱਚਿਆਂ ਨੂੰ ਜਾਂਦੇ ਜਾਂਦੇ ਨੂੰ ਪੂਰੇ ਮਾਇਕ ਕਰਕੇ ਪੁੱਛਦੇ ਵੀ ਤੁਸੀਂ ਬੱਚੋ ਸਰਹੱਦ ਕੀ ਕਰਨ ਆਏ ਹੋ ਇੱਥੇ ਕਿਹੜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਹੋਇਆ ਤੇ ਬੱਚੇ ਕੀ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਤੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਕੀ ਕਰਨ ਆਏ ਹੋ ਉਹ ਕਹਿੰਦੇ ਅਸੀਂ ਇੱਥੇ ਮੇਲਾ ਵੇਖਣ ਆਏ ਆ ਬੱਚੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਸਾਡਾ ਇਤਿਹਾਸ ਕੀ ਹੈ ਅਸੀਂ ਇੱਥੇ ਕਿਸ ਅਸਥਾਨਾਂ ਤੇ ਫਿਰ ਰਹੇ ਹਾਂ ਅਸੀਂ ਕਿਸ ਮਕਸਦ ਕਰਕੇ ਧਾਰਮਿਕ ਸਥਾਨਾਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਤਾਂ ਲੱਗੂਗਾ ਜੇ ਤੁਸੀਂ ਇਹਨਾਂ ਨੂੰ ਜਿਵੇਂ ਹੁਣ ਇਤਿਹਾਸ ਜੀ ਤੋਂ ਬੋਲਿਆ ਜਾ ਰਿਹਾ ਇਹਨਾਂ ਨੂੰ ਲੈ ਕੇ ਆਓਗੇ ਹਜ਼ੂਰੀ ਵਿੱਚ ਤੇ ਸੰਗਤ ਜੀ ਤੇ ਨੌਜਵਾਨਾਂ ਨੇ ਵੀ ਏਦਾਂ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਣਾ ਵਿੱਚ ਸ਼ਹੀਦੀ ਸਲਾਨਾ ਜੋੜ ਮੇਲੇ ਤੇ ਜਾਣਾ ਹੋਏ ਤੇ ਨੌਜਵਾਨ ਵੀਰ ਕੀ ਕਰਦੇ ਤਾਜ਼ੀਆਂ ਤਾਜ਼ੀਆਂ ਸ਼ੇਪਾਂ ਕਰਾ ਕੇ ਤੇ ਗਿੱਜੀ ਜੀ ਕਢਾ ਲੈਂਦੇ ਵਾਲ ਵੂਲ ਕਟਾ ਕੇ ਟੋਪੀਆਂ ਲੈ ਕੇ ਜਾਂ ਰਮਾਲ ਬੰਨ੍ਹ ਕੇ ਭੂਤਾਂ ਵਾਲਾ ਮੂੰਹ ਲਾ ਕੇ ਉੱਥੇ ਫਿਰਦੇ ਹੁੰਦੇ ਆ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਸਾਨੂੰ ਮਹਾਰਾਜ ਨੇ ਕੁਦਰਤ ਨੇ ਸ਼ਕਲ ਬਖਸ਼ੀ ਉਹ ਪਰਮਾਤਮਾ ਵਾਹਿਗੁਰੂ ਨੇ ਸਾਨੂੰ ਸ਼ਕਲ ਦਿੱਤੀ ਉਹ ਮਾੜੀ ਹੈ
ਨਾਲਾ ਮੂੰਹ ਲੈ ਕੇ ਮੂੰਹ ਤੇ ਲਾ ਕੇ ਮੇਲੇ ਚ ਘੁੰਮਦੇ ਫਿਰਦੇ ਕਿੰਨੀ ਕਿ ਚੰਗੀ ਗੱਲ ਹੈ। ਮਾਫ ਕਰਨਾ ਮੈਨੂੰ ਸ਼ਬਦ ਕਹਿਣੇ ਪੈ ਰਹੇ ਪਰ ਸਾਡੀ ਅਸਲੀਅਤ ਹੈ ਇਹ ਅਸੀਂ ਗੰਦ ਪਾਇਆ ਹੋਇਆ ਪਰ ਸ਼ਰਧਾ ਦੇ ਨਾਲ ਜਾਓ ਕਿਉਂਕਿ ਉੱਥੇ ਕੋਈ ਮਾੜਾ ਮੋਟਾ ਸਾਕਾ ਨਹੀਂ ਪਿਆ ਲੋਕੀ ਦਰਸ਼ਨ ਕਰਨ ਵਾਸਤੇ ਤੜਫਦੇ ਆ ਜਿੱਦਾਂ ਆਪਾਂ ਨਨਕਾਣਾ ਸਾਹਿਬ ਵਾਸਤੇ ਤਰਸਦੇ ਹਾਂ ਨਾ ਵੀ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਜਾਣਾ ਇੱਦਾਂ ਹੀ ਲੋਕ ਜਿਹੜੇ ਬਾਹਰ ਬੈਠੇ ਆ ਤਰਸਦੇ ਆ ਵੀ ਸਾਨੂੰ ਉਹਨਾਂ ਸਥਾਨ ਦਾ ਦਰਸ਼ਨ ਹੋ ਜਾਣ ਤੇ ਬੇਨਤੀ ਕਰਿਓ ਕਿਉਂਕਿ ਦੁਨੀਆ ਦੇ ਉੱਤੇ ਭਾਵੇਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਨਿਊਯਾਰਕ ਜਿੱਥੇ ਮਰਜ਼ੀ ਚਲੇ ਜਾਓ ਜਿੰਨਾ ਚਿਰ ਬੰਦਾ ਉਹਨਾਂ ਆਨੰਦ ਨੂੰ ਬਾਹਰਲੇ ਮੁਲਕਾਂ 'ਚ ਜਾ ਕੇ ਉਹਦਾ ਜਿੰਨਾ ਆਨੰਦ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾ ਕੇ ਆਉਂਦਾ ਸ਼ਹਿਰ ਨੇ ਵੀ ਦੇਖਿਆ ਕਹਿੰਦਾ ਕੁੱਲ ਦੁਨੀਆ ਦੇਖ ਲਓ ਅਨੰਦਪੁਰ ਵਰਗਾ ਕਿਤੇ ਆਨੰਦ ਵਾਕਈ ਅਨੰਦਪੁਰ ਵਰਗਾ ਕਿਤੇ ਵੀ ਆਨੰਦ ਨਹੀਂ ਤੇ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਘਰ ਉੱਥੇ ਗੁਰੂ ਗੋਬਿੰਦ ਸਿੰਘ ਉਮਰ ਨੇ ਕਿਲੇ ਬਣਵਾਏ ਦੋਵੇਂ ਪਾਤਸ਼ਾਹ ਨੇ ਉਹ ਧਰਤੀ ਆਪ ਆਪਣੇ ਪੈਸਿਆਂ ਨਾਲ ਮੁੱਲ ਲਈ ਉਹ ਖਰੀਦੇ ਉੱਥੇ ਕਿਲੇ ਬਣਵਾਏ ਐਦਾਂ ਹੀ 1660 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੜਨੇ ਦੀ ਧਰਤੀ 'ਤੇ ਜਨਮ ਹੋਇਆ ਅਵਤਾਰ ਧਾਰਿਆ ਮਹਾਰਾਜ ਨੇ ਪ੍ਰਕਾਸ਼ ਹੋਇਆ ਤੇ ਉਸ ਤੋਂ 5 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ 1671 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਗਏ ਪਰਿਵਾਰ ਸਾਰਾ ਆ ਗਿਆ ਨਾਲ ਬਾਬਾ ਜੈਤਾ ਜੀ ਦਾ ਪਰਿਵਾਰ ਹੈ ਹੁਣ ਜਿਹੜੇ ਸਦਾਨੰਦ ਜੀ ਨੇ ਉਹ ਗੁਰੂ ਘਰ ਦੇ ਰਾਗੀ ਕੀਰਤਨੀਏ ਵੀ ਨੇ ਤੇ ਬਾਬਾ ਜੈਤਾ ਜੀ ਨਾਲ ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਾਰੀ ਜਿਹੜੀ ਵਿੱਦਿਆ ਆ ਜਿਹੜੀ ਸੰਥਿਆ ਲਈ ਹੈ ਸੰਗੀਤ ਵਿੱਦਿਆ ਲਈ ਉਹ ਆਪਣੇ ਪਿਤਾ ਜੀ ਕੋਲੋਂ ਲਈ ਆ ਉਹਨਾਂ ਨੇ ਤੇ ਬਾਬਾ ਜੀਵਨ ਸਿੰਘ ਜੀ ਨੇ ਸੰਗਤ ਜੀਓ ਇੱਕ ਆਪਦਾ ਗ੍ਰੰਥ ਲਿਖਿਆ ਜਿਹਦਾ ਨਾਮ ਸ਼੍ਰੀ ਗੁਰਕਥਾ ਨਾਮ ਜਿਹਦੀ ਆਪਣੀ ਰਚਨਾ ਬਾਬਾ ਜੀਵਨ ਸਿੰਘ ਜਿਹੜੀ ਲਿਖੀ ਗੁਰਕਥਾ ਨਾਮ ਉਸ ਗ੍ਰੰਥ ਦਾ ਤੇ ਉਹਦੇ ਵਿੱਚ ਉਹਨਾਂ ਨੇ ਕਈ ਭਾਸ਼ਾਵਾਂ ਦਾ ਉਪਯੋਗ ਕੀਤਾ ਭਾਵ ਬਾਬਾ ਜੀਵਨ ਸਿੰਘ ਜੀ ਬੜੇ ਚੰਗੇ ਪੜ੍ਹੇ ਲਿਖੇ ਸੀ ਕਈ ਭਾਸ਼ਾਵਾਂ ਤੋਂ ਜਾਣੂ ਸੀ ਕਈ ਭਾਸ਼ਾਵਾਂ ਆਉਂਦੀਆਂ ਸਨ ਉਹਨਾਂ ਨੂੰ ਸਾਰੀਆਂ ਭਾਸ਼ਾਵਾਂ ਜਾਣਦੇ ਸੀ ਤੇ ਇਸ ਕਰਕੇ ਮਹਾਰਾਜ ਜੀ ਹਰ ਕੋਈ ਕੰਮ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਜੀਵਨ ਸਿੰਘ ਨੂੰ ਆਵਾਜ਼ ਮਾਰ ਕੇ ਕਹਿੰਦੇ ਸੀ ਆਓ ਮੈਂ ਗੱਲ ਮੁੱਕਦੀ ਕਰਾਂ ਐਦਾਂ ਹੀ ਇੰਨਾ ਪਰਿਵਾਰ ਜਦੋਂ ਪੈ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੰਗਾਂ ਲੜਦੇ ਨਾ ਪਹਿਲੀ ਜੰਗ ਲੜੀ ਭਗਾਣੀ ਦੀ ਜੰਗ ਤੇ ਉਸ ਜੰਗ ਦੇ ਵਿੱਚ ਮਹਾਰਾਜ ਨੇ ਟਰੋਲੀ ਭਾਈ ਦੀ ਰਹਿਣ ਵਾਲੇ ਨੰਦ ਚੰਦ ਨੂੰ ਕਿਹਾ ਨੰਦ ਚੰਦਾ ਇੱਕ ਸੁੰਦਰ ਰਣਜੀਤ ਨਗਾਰਾ ਬੜਿਆ ਜਾਵੇ ਤੇ ਉਹਨਾਂ ਨੇ ਰਣਜੀਤ ਨਗਾਰਾ ਬੜਿਆ ਤੇ ਬਾਬਾ ਜੀਵਨ ਸਿੰਘ ਦੀ ਡਿਊਟੀ ਲਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀਵਨ ਸਿੰਘ ਆ ਨਗਾਰੇ ਤੇ ਤੂੰ ਚੋੜ ਲਾਇਆ ਕਰਦੀ ਜਦੋਂ ਅਸੀਂ ਮਤਾਂ ਦੇ ਜੰਗ ਦੇ ਵੈਰੀਆਂ ਨਾਲ ਹਮਲਾ ਕਰਨ ਵਾਸਤੇ ਜਾਣਾ ਵੈਰੀਆਂ ਦੇ ਉੱਤੇ ਚੜ ਕੇ ਜਾਣਾ ਜੰਗ ਲੜਨ ਵਾਸਤੇ ਜਾਣਾ ਤੇ ਨਗਾਰੇ ਤੇ ਚੋਟਾਂ ਪੈ ਲਾਉਣੀਆਂ ਡਿਊਟੀ ਲਾਈ ਜਦੋਂ ਕਿਤੇ ਵੀ ਜੰਗ ਹੁੰਦਾ ਸਭ ਤੋਂ ਮੂਹਰੇ ਜਾ ਕੇ ਆਪਦੇ ਹਥਿਆਰ ਬੰਦ ਹੋ ਕੇ ਸ਼ਸਤਰ ਪਹਿਨ ਕੇ ਬਾਬਾ ਜੀਵਨ ਸਿੰਘ ਜੀ ਚਲੇ ਜਾਂਦੇ ਸਾਹਮਣੇ ਜਾ ਕੇ ਮੂਹਰੇ ਨਗਾਰੇ ਤੇ ਜਾ ਕੇ ਚੋੜ ਦਿੰਦੇ ਜਦੋਂ ਕੜਕੜ ਕਰਕੇ ਨਗਾਰੇ ਤੇ ਲੱਗਦੀ ਚੋਟ ਧਮਕ ਵੱਜਦੀ ਹੈ ਉਹ ਪਹਾੜੀ ਰਾਜੇ ਕੰਬ ਉੱਠਦੇ ਤੇ ਐਦਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਜਿਵੇਂ ਸਾਥ ਦਿੱਤੇ ਪਹਿਲੀ ਭਗਾਣੀ ਦੀ ਜੰਗ ਲੜੀ ਉਹਦੇ ਵਿੱਚ ਵੀ ਸਾਥ ਦਿੱਤਾ ਬਈ ਬਾਬਾ ਜੀਵਨ ਸਿੰਘ ਆਪਣਾ ਦੋ ਧਾਰਾ ਖੰਡਾ ਚੁੱਕ ਕੇ ਕਿਵੇਂ ਮਤਾਨੇ ਜੰਗ ਦੇ ਵੈਰੀਆਂ ਦੇ ਆਹੂ ਲਾਉਂਦੇ ਆ ਤੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗਾਂ 'ਚ ਸਾਥ ਦਿੰਦੇ ਆ ਦੋ ਧਾਰਾ ਖੰਡਾ ਚੁੱਕ ਕੇ ਵੈਰੀਆਂ ਦੇ ਆਹੂ ਲਾਉਂਦੇ ਦੋਵੇਂ ਹੱਥ ਨਾਲ ਕਿਵੇਂ ਤਲਵਾਰਬਾਜ਼ੀ ਕਰਕੇ ਵੈਰੀਆਂ ਨੂੰ ਭਾਜੜਾ ਪਾਉਂਦੇ ਢਾਡੀ ਜਿੱਥੇ ਕੋਲ ਸੁੱਟਦੇ ਜਾਂਦੇ
ਸਕਦੀ ਆ ਵੀ ਸਮਾਂ ਵੀ ਮੇਰੇ ਕੋਲ ਬੜਾ ਸੀਮਤ ਹੀ ਆ ਪਰ ਦੋ ਵਾਰ ਹੋਰ ਕਹਿਣੀਆਂ ਨੇ ਕਿਉਂਕਿ ਬਾਬਾ ਜੀ ਸਟੇਜ ਤੇ ਪਹੁੰਚ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਤਿਹਾਸ ਦਾ ਮਾਣ ਕਰਦੇ ਸਰਦਾਰ ਕੈਪਟਨ ਪ੍ਰਗਟ ਸਿੰਘ ਜੀ ਪਹੇਵੇ ਤੋਂ ਉਹਨਾਂ ਵੱਲੋਂ 500 ਰੁਪਏ ਜੱਥੇ ਨੂੰ ਮਾਣ ਭੇਜਿਆ ਗਿਆ ਹੋਰ ਨੌਜਵਾਨ ਵੀਰਾਂ ਵੱਲੋਂ ਬਜ਼ੁਰਗਾਂ ਵੱਲੋਂ ਬੇਅੰਤ ਮਾਣ ਸੁਖਵਿੰਦਰ ਕੌਰ ਜੀ ਗਾਜ਼ੀਆਬਾਦ ਤੋਂ ਉਹਨਾਂ ਵੱਲੋਂ ਬੇਅੰਤ ਮਾਣ 500 ਰੁਪਏ ਤੁਹਾਡੀ ਦੇ ਸਤਿਕਾਰ ਦੇ ਵਿੱਚ ਭੇਜਿਆ ਗਿਆ ਧੰਨਵਾਦ ਕਰਦੇ ਹਾਂ ਵਾਹਿਗੁਰੂ ਕਿਰਪਾ ਕਰੇ ਆਪ ਜੀ ਦਾ ਇੱਕ ਕਦਮ ਚੱਲ ਕੇ ਆਉਂਦਾ ਲੇਖੇ ਵਿੱਚ ਲੱਗੇ ਵਾਹਿਗੁਰੂ ਕਿਰਪਾ ਕਰੇ ਆਪ ਜੀ ਦੇ ਖਜ਼ਾਨੇ ਭਰਪੂਰ ਕਰੇ ਕਮਾਈਆਂ ਵਿੱਚ ਬਰਕਤਾਂ ਪਾਵੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਗੁਰਸਿੱਖੀ ਜੀਵਨ ਦੀ ਦਾਤ ਵਾਹਿਗੁਰੂ ਆਪ ਜੀ ਨੂੰ ਬਖਸ਼ਿਸ਼ ਕਰੇ ਰਹਿਮਤਾਂ ਰੱਖੇ ਆਪ ਜੀ ਦੇ ਆਓ ਇਧਰਲੇ ਪਾਸੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਦਾ ਦੀਵਾਨ ਸਜਿਆ ਗੱਲ ਸੁਣਨ ਵਾਲੀ ਹੈ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਜੀ ਇੱਧਰ ਤਖਤ ਤੇ ਬੈਠੇ ਨੇ ਦੀਵਾਨ ਸਜਿਆ ਹੋਇਆ ਤੇ ਬਾਬਾ ਜੀਵਨ ਸਿੰਘ ਵੀ ਦੀਵਾਨ ਦੇ ਵਿੱਚ ਬੈਠੇ ਆ ਤੇ ਬਾਬਾ ਜੀਵਨ ਸਿੰਘ ਜੀ ਦੀ ਮਾਤਾ ਕਰਮੋ ਜੀ ਮਾਤਾ ਪ੍ਰੇਮੋ ਜੀ ਵੀ ਕਹਿੰਦੇ ਨੇ ਮਾਤਾ ਕਰਮੋ ਜੀ ਦੀਵਾਨ ਵਿੱਚ ਆਏ ਤੇ ਹੱਥ ਜੋੜ ਕੇ ਗੱਲ ਚ ਪੱਲਾ ਪਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੇ ਹੱਥ ਜੋੜੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ ਮਾਤਾ ਬਾਬਾ ਜੀਵਨ ਸਿੰਘ ਤੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਉੱਠ ਕੇ ਖੜੇ ਹੋ ਗਏ ਕਹਿੰਦੇ ਮਾਤਾ ਜੀ ਬੱਚਿਆਂ ਦੇ ਅੱਗੇ ਹੱਥ ਨਹੀਂ ਜੋੜੀ ਦੇ ਹੁਕਮ ਕਰੋ ਗੱਲ ਕੀ ਏ ਤੇ ਮਾਤਾ ਕਰਮੋ ਜੀ ਕਹਿੰਦੇ ਗੁਰੂ ਜੀ ਜਿਹੜੀਆਂ ਮੇਰੀਆਂ ਅੱਖਾਂ ਨੇ ਮੇਰੇ ਨੈਣ ਨੇ ਮੇਰਾ ਦਿਲ ਹੈ ਜਿਹੜਾ ਉਹ ਮੇਰੇ ਪੁੱਤਰ ਚੇਤੇ ਦੀ ਛਾਤੀ ਦੇਖਣਾ ਨੌਜਦੀਆਂ ਨੇ ਤੇ ਉਦੋਂ ਨੂੰ ਬਾਬਾ ਜੀਵਨ ਸਿੰਘ ਨੇ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣ ਗਏ ਸੀ ਅੰਮ੍ਰਿਤਧਾਰੀ ਹੋ ਗਏ ਸੀ ਜੀਵਨ ਸਿੰਘ ਬਣ ਗਏ ਤੇ ਮਾਤਾ ਜੀ ਨੇ ਆਖਿਆ ਮਾਤਾ ਜੀ ਕਹਿੰਦੇ ਮੈਂ ਆਪਣੇ ਪੁੱਤ ਜੀਵਨ ਸਿੰਘ ਦਾ ਵਿਆਹ ਦੇਖਣਾ ਚਾਹੁੰਦੀ ਮੇਰੀਆਂ ਅੱਖਾਂ ਨੇ ਜਿਹੜੀਆਂ ਕਿਉਂਕਿ ਹਰ ਪਾਪਿਆਂ ਨੂੰ ਚਾਹ ਹੁੰਦਾ ਕਿ ਉਹਨਾਂ ਦਾ ਪੁੱਤ ਸ਼ਗਨਾਂ ਦੀ ਘੋੜੀ ਚੜ੍ਹੇ ਹਰ ਬਾਪੂ ਨੂੰ ਚਾਹ ਹੁੰਦਾ ਵੀ ਮੈਂ ਆਪਣੇ ਪੁੱਤ ਨੂੰ ਘੋੜੀ ਚੜ੍ਹਦਾ ਦੇਖਾਂ ਮੈਂ ਚਾਹ ਸਾਰੇ ਪੂਰੇ ਕਰਾਂ ਮੈਂ ਉਹਦੇ ਦੁੱਧ ਪੈਸੇ ਵਾਰਾਂ ਹਰ ਮਾਂ ਨੂੰ ਚਾਹ ਹੁੰਦਾ ਮੈਂ ਆਪਣੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਵਾਂ ਹਰ ਭੈਣ ਨੂੰ ਚਾਹ ਹੁੰਦਾ ਕਿ ਉਹਦਾ ਵੀਰ ਸ਼ਗਨਾਂ ਦੀ ਘੋੜੀ ਚੜ੍ਹੇ ਏਦਾਂ ਸਾਰੇ ਮਾਪਿਆਂ ਨੂੰ ਚਾਹ ਹੁੰਦਾ ਹੁਣ ਇਹ ਮਾਂ ਨੂੰ ਬੜਾ ਚਾਹ ਸੀ ਆਪਦੀ ਗੱਲ ਦਿਲ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਰੱਖੀ ਮਾਰੇ ਕਹਿੰਦੇ ਮਾਤਾ ਜੀ ਇਹ ਕੀ ਤੁਸੀਂ ਸਵਾਲ ਕਰਦੇ ਤਾਂ ਕੋਈ ਗੱਲ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵੇਲੇ ਤਖਤ ਤੇ ਖੜੇ ਹੋ ਕੇ ਪੂਰੇ ਦੀਵਾਨ ਵਿੱਚ ਸੰਗਤ ਜਿਹੜੀ ਬੈਠੀ ਸੀ ਨਾ ਮਾਰੇ ਪੂਰੇ ਦੀਵਾਨ ਵਿੱਚ ਸੰਗਤਾਂ ਨੂੰ ਕਹਿੰਦੇ ਸੰਗਤ ਜੀ ਇਹ ਸਾਡਾ ਬਹੁਤ ਹੀ ਪਿਆਰਾ ਤੇ ਲਾਡਲਾ ਸਿੱਖ ਹੈ ਜੀਵਨ ਸਿੰਘ ਇਹਨੂੰ ਅਸੀਂ ਆਪਣੇ ਪੁੱਤਰਾਂ ਤੋਂ ਵੀ ਪਿਆਰਾ ਰੱਖਦੇ ਹਾਂ ਮਾਰੇ ਨੇ ਉਹਨੂੰ ਆਪਣੇ ਪੁੱਤਰਾਂ ਤੋਂ ਵੀ ਪਿਆਰਾ ਰੱਖਿਆ ਬਾਬਾ ਜੀਵਨ ਸਿੰਘ ਨੇ ਸ਼ਾਇਰ ਨੇ ਵੀ ਲਿਖਿਆ ਕਹਿੰਦਾ ਗੁਰੂ ਪੁੱਤਾਂ ਤੋਂ ਜੀਵਨ ਸਿੰਘ ਨੂੰ ਰੱਖਦਾ ਪਿਆਰਾ ਸੀ ਜੀਵਨ ਸਿੰਘ ਨੇ ਚੱਕ ਲਿਆ ਖੰਡਾ ਦੋ ਧਾਰਾ ਪੁੱਤਰਾਂ ਤੋਂ ਵੀ ਵੱਧ ਪਿਆਰਾ ਰੱਖਦੇ ਮਾਰੇ ਨੇ ਪੂਰੇ ਦੀਵਾਨ ਵਿੱਚ ਆਖਿਆ ਵੀ ਇਹ ਸਾਡਾ ਪਿਆਰਾ ਲਾਡਲਾ ਸਿੱਖ ਜੀਵਨ ਸਿੰਘ ਹੈ ਤੇ ਅਸੀਂ ਇਹਦਾ ਵਿਆਹ ਕਰਨਾ ਚਾਹੁੰਦੇ ਹਾਂ ਤੇ ਕੋਈ ਐਸਾ ਸਿੱਖ ਹੋਵੇ ਸੰਗਤ ਵਿੱਚ ਬੈਠਾ ਜਿਹੜਾ ਆਪਣੀ ਧੀ ਦਾ ਨਾਤਾ ਆਪਣੀ ਪੁੱਤਰੀ ਦਾ ਰਿਸ਼ਤਾ ਸਾਡੇ ਇਹ ਸਿੰਘ ਨਾਲ ਜੋੜ ਸਕੇ ਤੇ ਤੁਸੀਂ ਸਾਰੇ ਇਹਨੂੰ ਚੰਗੀ ਤਰ੍ਹਾਂ ਜਾਣਦੇ ਹੋ ਮਾਰੇ ਕਹਿੰਦੇ ਅਸੀਂ ਇਹਦੀ ਗਰੰਟੀ ਲੈਂਦੇ ਚੰਗਾ ਪੜ੍ਹਿਆ ਲਿਖਿਆ ਉੱਚਾ ਲੰਮਾ ਗੱਭਰੂ ਜਵਾਨ ਤੇ ਸੂਰਮਾ ਵੀਰ ਬਹਾਦਰ ਯੋਧਾ ਆ ਤੇ ਮਾਰੇ ਜਦੋਂ ਇੰਨੀ ਗੱਲ ਆਖੀ ਨਾ ਸੰਗਤਾਂ ਦੇ ਸਾਹਮਣੇ ਇਹ ਬਚਨ ਰੱਖਿਆ ਤੇ ਸਾਰੀ ਸੰਗਤ ਵਿੱਚੋਂ ਭਾਈ ਖਜਾਨ ਸਿੰਘ ਜੀ ਰਿਆੜ ਉੱਠ ਕੇ ਖੜੇ ਹੋ ਗਏ ਹੱਥ ਜੋੜ ਕੇ ਜਦੋਂ ਹੱਥ ਜੋੜ ਕੇ ਖੜੇ ਹੋ ਗਏ ਨਾ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਮੈਂ ਆਪਣੀ ਪੁੱਤਰੀ ਮੈਂ ਆਪਣੀ ਧੀ ਚੰਗੀ ਪੜ੍ਹੀ ਲਿਖੀ ਸੋਹਣੀ ਹੈ ਗੱਭਰੂ ਜਵਾਨ ਹੈ ਇਹ ਵੀ ਤੇ ਇਹ ਰਿਸ਼ਤਾ ਬੜਾ ਫੱਬ ਜਾਣਾ ਆ ਤੇ ਏਦਾਂ ਕਰੋ ਮਾਰੇ ਮੇਰੀ ਧੀ ਹੈ ਰਾਜ ਕੌਰ ਆਪਾਂ ਉਹਦਾ ਰਿਸ਼ਤਾ ਬਾਬਾ ਜੀਵਨ ਸਿੰਘ ਨਾਲ ਪੱਕਾ ਕਰ ਦਿੰਦੇ ਆਨੰਦ ਕਾਰਜ ਕਰ ਦਈਏ ਮਾਰੇ ਜਿੱਦਾਂ ਤੁਸੀਂ ਅੱਗੇ ਆਖੋ ਇੰਨੀ ਗੱਲ ਆਖੀ ਭਾਈ ਖਜਾਨ ਸਿੰਘ ਜੀ ਰਿਆੜ ਕਹਿੰਦੇ ਸੱਜੇ ਪਾਤਸ਼ਾਹ ਮਹਾਰਾਜ ਭਾਵੇਂ ਮੈਂ ਇੱਕ ਜੱਟ ਸਿੱਖ ਹਾਂ ਉਹ ਇੱਕ ਜੱਟ ਸਿੱਖ ਸੀ ਭਾਈ ਖਜਾਨ ਸਿੰਘ ਜੀ ਰਿਆੜ ਕਹਿੰਦਾ ਮਾਰੇ ਤੁਸੀਂ ਅੰਮ੍ਰਿਤ ਦੀ ਦਾਤ ਦੇ ਕੇ ਜਾਤਾਂ ਪਾਤਾਂ ਸਾਰੀਆਂ ਖਤਮ ਕੀਤੀਆਂ ਨੇ ਮੈਂ ਜਾਤ ਪਾਤ ਨਹੀਂ ਮੰਨਦਾ ਭਾਵੇਂ ਮੈਂ ਇੱਕ ਜੱਟ ਸਿੱਖ ਹਾਂ ਪਰ ਮੈਂ ਆਪਣੀ ਧੀ ਦਾ ਆਪਣੀ ਪੁੱਤਰੀ ਦਾ ਨਾਤਾ ਬਾਬਾ ਜੀਵਨ ਸਿੰਘ ਨਾਲ ਜੋੜਨ ਲਈ ਤਿਆਰ ਹਾਂ ਤੇ ਮੇਰੇ ਵੱਲੋਂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਆਪ ਜੀ ਦੇ ਅੱਗੇ ਹੱਥ ਜੁੜ ਕੇ ਬੇਨਤੀ ਹੈ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਇੰਨੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਆਹ ਤੇ ਮੰਗਣਾ ਇਕੱਠਾ ਹੀ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚਾਰ ਲਾਵਾਂ ਦੀ ਬਾਣੀ ਦਾ ਪਾਠ ਹੋਇਆ ਆਨੰਦ ਕਾਰਜ ਹੋਏ ਮਾਤਾ ਰਾਜ ਕੌਰ ਨਾਲ ਬਾਬਾ ਜੀਵਨ ਸਿੰਘ ਦੀ ਜੈਤਾ ਜੀ ਦੀ ਸ਼ਾਦੀ
ਹੋਈ ਰਾਜ ਕੌਰਨਾ ਚੇਤਾ ਜੀ ਦੀ ਸ਼ਾਦੀ ਹੋਈ ਰਾਜ ਕੌਰਨਾ ਚੇਤਾ ਜੀ ਦੀ ਸ਼ਾਦੀ ਹੋਈ ਰਾਜ ਕੌਰਨਾ ਚੇਤਾ ਜੀ ਦੀ ਸ਼ਾਦੀ ਹੋਈ ਰਾਜ ਕੌਰਨਾ ਸੁਜਾਨ ਸਿੰਘ ਰਿਆੜ ਦੀ ਰਾਜਾਂ ਨੂੰ ਪੁੱਤਰੀ ਸੁੰਦਰ ਸਰੂਪ ਜਾਇਆ ਤਾਰੀ ਉਤਰੀ ਸੁਜਾਨ ਸਿੰਘ ਰਿਆੜ ਦੀ ਰਾਜਾਂ ਨੂੰ ਪੁੱਤਰੀ ਸੁੰਦਰ ਸਰੂਪ ਜਾਇਆ ਤਾਰੀ ਉਤਰੀ ਸਾਦਾ ਸੀ ਲਿਬਾਸ ਸੋਹਣਾ ਟੌਰ ਫੌਰਨਾ ਸਾਦਾ ਸੀ ਲਿਬਾਸ ਸੋਹਣਾ ਟੌਰ ਫੌਰਨਾ ਚੇਤਾ ਜੀ ਦੀ ਸ਼ਾਦੀ ਹੋਈ ਰਾਜ ਕੌਰਨਾ ਚੇਤਾ ਜੀ ਦੀ ਸ਼ਾਦੀ ਹੋਈ ਰਾਜ ਕੌਰਨਾ ਸਿੰਘ ਤੇ ਬਾਬਾ ਦੀਪ ਸਿੰਘ ਜੀ ਆਪ ਭਾਈ ਸੰਗਤ ਸਿੰਘ ਤੇ ਆਪਣਾ ਪਿਤਾ ਸਦਾ ਨੰਦ ਜੀ
ਤੇ ਆਪਣੀ ਮਾਤਾ ਤੇ ਆਪਣੇ ਚਾਰੇ ਪੁੱਤ ਇਹ ਸਾਰਾ ਪਰਿਵਾਰ ਬਾਬਾ ਜੀਵਨ ਸਿੰਘ ਦਾ ਵੀ ਸ਼ਹੀਦ ਹੋਇਆ ਤੇ ਇਦਾਂ ਹੀ ਆਓ ਸੰਗਤ ਜੀ ਮੈਂ 20 ਮਿੰਟ ਆਪਣੇ ਬਾਕੀ ਨੇ ਆਪਾਂ ਦੋ ਵਾਰਾਂ ਜੀ ਦੇ ਸਾਹਮਣੇ ਕਹਿਣੀ ਹੈ ਕਿ ਬਾਬਾ ਜੀਵਨ ਸਿੰਘ ਦੀ ਵਾਰ ਤੇ ਇੱਕ ਇਤਿਹਾਸ ਨੂੰ ਮੈਂ ਅੱਗੇ ਲੈ ਕੇ ਚੱਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਬਾਬਾ ਜੀਵਨ ਸਿੰਘ ਨੇ ਅਨੇਕਾਂ ਜੰਗਾਂ ਵਿੱਚ ਸਾਥ ਦਿੱਤਾ ਉਹਨਾਂ ਦੇ ਵਿੱਚੋਂ ਮੈਂ ਇੱਕ ਜੰਗ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿਹੜੀ ਜੰਗ ਹੋਈ ਉਹ ਜੰਗ ਵਰਗੀ ਨਾ ਤਾਂ ਜੰਗ ਪਹਿਲਾਂ ਕਦੇ ਹੋਈ ਹੈ ਤੇ ਨਾ ਕਦੇ ਹੋਣੀ ਉਹ ਜੰਗ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰਨ ਲੱਗੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ 8-10 ਮਹੀਨੇ ਤੋਂ ਕਿਲੇ ਨੂੰ ਅਨੰਦਪੁਰ ਸਾਹਿਬ ਦੇ ਉਸ ਕਿਲੇ ਨੂੰ ਘੇਰਾ ਪਾ ਕੇ ਫੌਜ ਨੇ ਰੱਖਿਆ ਕਿਲੇ ਅੰਦਰ ਨਾ ਤਾਂ ਪਾਣੀ ਜਾਂਦਾ ਨਾ ਪਾਣੀ ਆਉਂਦਾ ਤੇ ਨਾ ਹੀ ਰਾਛਣ ਜਾਂਦਾ ਕੁਝ ਨਾ ਅੰਦਰੋਂ ਕੋਈ ਬਾਹਰ ਆਉਂਦਾ ਏਦਾਂ ਜਿਹੜਾ ਅੰਦਰ ਤੇ ਬਾਹਰ ਦੀਆਂ ਚੀਜ਼ਾਂ ਅੰਦਰ ਨਹੀਂ ਜਾਂਦੀਆਂ ਤੇ ਬਾਹਰਲੀਆਂ ਚੀਜ਼ਾਂ ਜਿਹੜੀਆਂ ਅੰਦਰ ਨਹੀਂ ਜਾਂਦੀਆਂ ਮਤਲਬ ਚਾਰੇ ਪਾਸੇ ਤੋਂ ਘੇਰਾ ਪਾ ਕੇ ਫੌਜ ਨੇ ਰੱਖਿਆ ਹੋਇਆ ਕਿਲੇ ਨੂੰ ਹੁਣ ਅੰਦਰ ਰਾਛਣ ਪਾਣੀ ਮੁੱਕਦਾ ਜਾਂਦਾ ਤੇ ਸਿੰਘਾਂ ਨੂੰ ਹਫ਼ਤੇ ਬਾਅਦ 7 ਦਿਨਾਂ ਬਾਅਦ ਇੱਕ ਮੁੜ ਛੋਲਿਆਂ ਦੀ ਮਿਲਦੀ ਸੀ ਤੇ ਤਾਂ ਵੀ ਉਹਨਾਂ ਨੇ ਇੱਕ ਇੱਕ ਮੁੜ ਤੇ ਗੁਜ਼ਾਰਾ ਕੀਤਾ ਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਂ ਸਿੰਘ ਵਰਗੇ ਛੱਡ ਕੇ ਵੀ ਚਲੇ ਗਏ ਸੀ ਕਹਿੰਦੇ ਸੀ ਮਹਾਰਾਜ ਮਰ ਕਹਿੰਦੇ ਸਿੰਘੋ ਜਿਹੜੇ ਮਹਾਂ ਸਿੰਘ ਹੋਣੀ ਮਹਾਰਾਜ ਦੇ ਕੋਲੇ ਆਏ ਸੀਗੇ ਭਾਵੇਂ ਫੌਜ ਨੇ ਚਿੱਠੀ ਲੈ ਕੇ ਭੇਜੀ ਵੀ ਗੁਰੂ ਸਾਹਿਬ ਨੂੰ ਮਹਾਰਾਜ ਤੁਸੀਂ ਕਿਲ੍ਹਾ ਛੱਡ ਕੇ ਚਲੋ ਜੋ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਸਾਡੀ ਇੱਜ਼ਤ ਰਹਿ ਜਾਵੇਗੀ ਪਰ ਮਹਾਰਾਜ ਨੂੰ ਪਤਾ ਸੀ ਹੁਣ ਗੁਰੂ ਤਾਂ ਸਾਰਿਆਂ ਦੇ ਮਨਾਂ ਦੀਆਂ ਜਾਣਦਾ ਮਹਾਰਾਜ ਨੂੰ ਪਤਾ ਸੀ ਇਹਨਾਂ ਨੇ ਧੋਖਾ ਕਰਨਾ ਤੇ ਇਹਨਾਂ ਨੇ ਦੁਬਾਰਾ ਸਾਡੇ ਤੇ ਹਮਲਾ ਕਰ ਦੇਣਾ ਤੇ ਇਹਨਾਂ ਨੇ ਉਦਾਂ ਹੀ ਕੀਤਾ ਭਾਈ ਮਾਨ ਸਿੰਘ ਵਰਗੇ ਜਦੋਂ ਮਹਾਰਾਜ ਨੂੰ ਛੱਡ ਕੇ ਚਲੇ ਗਏ ਨਾ ਤੇ ਮਹਾਰਾਜ ਪਰ ਉਹਨਾਂ ਨੂੰ ਕਿਹਾ ਸੀ ਮਹਾਰਾਜ ਕਹਿੰਦੇ ਸਿੰਘੋ ਮਰਜ਼ੀ ਹੈ ਜਿਹਦੀ ਸਿੰਘੋ ਘਰ ਨੂੰ ਪਛਕ ਜਾਵੋ ਅਸੀਂ ਅੱਜ ਸਿੰਘਾਂ ਦਾ ਸਦਕ ਪਰਤਿਆਉਣਾ ਹੈ ਇੱਕ ਕਾਗਜ਼ ਬੇਦਾਵੇ ਦਾ ਲਿਖਾਉਣਾ ਹੈ ਉਹ ਮਹਾਰਾਜ ਨੂੰ ਪਤਾ ਕੀ ਕਹਿੰਦੇ ਸੀ ਮਹਾਰਾਜ ਨੂੰ ਕਹਿੰਦੇ ਜੀ ਕੁਝ ਲਖਵਾ ਲਓ ਭਾਵੇਂ ਗੂਠੇ ਵੀ ਲਵਾ ਲਓ ਅੱਜ ਪਰ ਫੌਜ ਨਾਲ ਲੜਨ ਦੇ ਜੇਰੇ ਨਹੀਂ ਕਹਿੰਦੇ ਜੀ ਅਸੀਂ ਅੱਜ ਤੋਂ ਗੁਰੂ ਜੀ ਸਿੰਘ ਤੇਰੇ ਨਹੀਂ ਮਹਾਰਾਜ ਕਹਿੰਦੇ ਤੁਸੀਂ ਚੱਲੇ ਤਾਂ ਚੱਲੇ ਹੋ ਪਰ ਤੁਸੀਂ ਇੱਕ ਵਾਰੀ ਵਾਪਸ ਜ਼ਰੂਰ ਆਓਗੇ ਮਹਾਰਾਜ ਕਹਿੰਦੇ ਉਦੋਂ ਟਾਈਮ ਬਹੁਤ ਲੰਘ ਜਾਣਾ ਹੁਣ ਜਦੋਂ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਦੇ ਉੱਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਉਹ ਕਿਲ੍ਹਾ ਖਾਲੀ ਕਰ ਦਿੱਤਾ ਉਹ ਕਿਲ੍ਹਾ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਦੀ ਜ਼ਿੰਦਗੀ ਦੇ ਆਪਦੀ ਲਾਈਫ ਦੇ 33 ਸਾਲ ਉਸ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਗੁਜ਼ਾਰੇ ਨੇ ਉਹਨੂੰ 33 ਸਾਲਾਂ ਬਾਅਦ ਜਦੋਂ ਛੱਡ ਕੇ ਜਾਣ ਲੱਗੇ ਨਾ ਬੜਾ ਔਖਾ ਲੱਗਦਾ ਤੇ ਅੱਜ ਆਪਣੇ ਤੇ ਗੱਲ ਲਾ ਲਓ ਜਦੋਂ ਆਪਾਂ ਆਪਣੇ ਘਰੋਂ ਇੱਕ ਦਿਨ ਵੀ ਬਾਹਰ ਰਹਿ ਲਈਏ ਨਾ ਤੇ ਆਪਣੇ ਘਰ ਬਿਨਾਂ ਜੀ ਨਹੀਂ ਲੱਗਦਾ ਤੇ ਫਿਰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਉਸ ਕਿਲ੍ਹੇ ਦੇ ਵਿੱਚ 33 ਸਾਲ ਗੁਜ਼ਾਰੇ ਸੀ 33 ਸਾਲਾਂ ਬਾਅਦ ਜਦੋਂ ਛੱਡ ਕੇ ਚੱਲੇ ਨਾ ਉਸ ਕਿਲ੍ਹੇ ਨੂੰ ਤੇ ਸੰਗਤ ਜੀ ਔਖਾ ਤਾਂ ਲੱਗਦਾ ਮਹਾਰਾਜ ਨੇ ਉਹਨੂੰ ਵਰ ਦਿੱਤਾ ਮਹਾਰਾਜ ਕਹਿੰਦੇ ਅਨੰਦਪੁਰੀ ਤੂੰ ਵਸਦੀ ਰਹਿ ਪਰ ਅਸੀਂ ਮੁੜ ਕੇ ਨਹੀਂ ਆਉਣਾ ਹਾਂ ਸਾਡੇ ਸਿੱਖ ਜ਼ਰੂਰ ਆਇਆ ਕਰਨਗੇ ਉਹਨਾਂ ਦੀ ਚਰਸੀ ਕੱਟੀ ਜਾਇਆ ਕਰਨਗੇ ਇੰਨੀ ਕਹਿ ਕੇ ਮਹਾਰਾਜ ਜੀ ਉੱਥੋਂ ਤੁਰੇ ਰੋਪੜ ਤੋਂ ਹੁੰਦੇ ਹੋਏ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਸਰਸਾ ਨਦੀ ਦੇ ਉੱਤੇ ਅੰਮ੍ਰਿਤ ਵੇਲੇ ਦਾ ਟਾਈਮ ਹੋ ਚੁੱਕਿਆ ਤੇ ਜਦੋਂ ਉਧਰੋਂ ਮੀਂਹ ਪੈ ਰਿਹਾ ਝੱਖੜ ਹਨੇਰੀ ਚੱਲ ਰਹੀ ਹੈ ਸਰਸਾ ਨਦੀ ਵੀ ਠਾਠਾ ਮਾਰ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸਰਸਾ ਨਦੀ ਦੇ ਉੱਤੇ ਪਹੁੰਚੇ ਨਾ ਜਦੋਂ ਸਰਸਾ ਨਦੀ ਦੇ ਉੱਤੇ ਪਹੁੰਚੇ ਸਰਸਾ ਤੇ ਕਮਸਾਣ ਦਾ ਜੰਗ ਹੋਇਆ ਪਰ ਮਹਾਰਾਜ ਨੇ ਕਿਹਾ ਵੀ ਅਸੀਂ ਤਾਂ ਨਿਤਨੇਮ ਕਰਨਾ ਵੀ ਨਿਤਨੇਮ ਦਾ ਟਾਈਮ ਹੋ ਗਿਆ ਤੇ ਮਹਾਰਾਜ ਨਿਤਨੇਮ ਕਰਨ ਲਈ ਬਹਿ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਉਂਕਿ ਜ਼ਿੰਦਗੀ ਜਬ ਵਿੱਚ ਕਦੇ ਨਿਤਨੇਮ ਨਹੀਂ ਸਿੱਖੋ ਜਿਹੜਾ ਦਿੱਤਾ ਮਹਾਰਾਜ ਨੇ ਨਿਤਨੇਮ ਕੀਤਾ ਉਸ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਜਸ ਕੀਰਤਨ ਹੋਇਆ ਮਹਾਰਾਜ ਨੇ ਸਰਸਾ ਨੂੰ ਪਾਰ ਕਰਨ ਦਾ ਹੁਕਮ ਕੀਤਾ ਤੇ ਕੀ ਦੇਖਦੇ ਆ ਮਹਾਰਾਜ ਨੂੰ ਪਤਾ ਲੱਗਿਆ ਵੀ ਬਾਬਾ ਜੀਵਨ ਸਿੰਘ ਕੋਲੇ ਖਲੋਤੇ ਸੀ ਦਇਆ ਸਿੰਘ ਨੇ ਕੇ ਦੱਸਿਆ ਜੀ ਵੀ ਬਾਬਾ ਜੀਵਨ ਸਿੰਘ ਜੀ ਲੜਦੇ ਲੜਦੇ ਵੈਰੀਏ ਦੇ ਘੇਰੇ ਦੇ ਵਿੱਚ ਆ ਗਏ ਆ ਤੇ ਹੁਣ ਸਰਸਾ ਕਿਵੇਂ ਪਾਰ ਕਰ ਦਈਏ ਹੁਣ ਬਾਬਾ ਜੀਵਨ ਸਿੰਘ ਜਦੋਂ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਨੇ ਦੇਖਿਆ ਥਾਪੜਾ ਭੇਜਿਆ ਜੀਵਨ ਸਿੰਘ ਨੂੰ ਕਹਿੰਦੇ ਜੀਵਨ ਸਿੰਘ ਜਾ ਓ ਮਰਦਾ ਓ ਯੋਧਿਆ ਜਾ ਅਜੀਤ ਸਿੰਘ ਨੂੰ ਘੇਰੇ ਚੋਂ ਫੌਜ ਦੇ ਕੱਢ ਕੇ ਲੈ ਗਿਆ ਤੇ ਆਪਾਂ ਸਰਸਾ ਪਾਰ ਕਰੀਏ ਬਈ ਬਾਬਾ ਜੀਵਨ ਸਿੰਘ ਨੇ ਘੋੜੇ ਦੇ ਬਾਗਾ ਮੂਲੇ ਵਿੱਚ ਫੜ ਕੇ ਦੋਵੇਂ ਹੱਥਾਂ ਨਾਲ ਤਲਵਾਰਬਾਜ਼ੀ ਕਰਕੇ ਓ ਵੈਰੀਆਂ ਦੇ ਐਸੇ ਆਹੂ ਲਾਏ ਅਜੀਤ ਨੂੰ ਵੈਰੀਆਂ ਦੇ ਘੇਰੇ ਚੋਂ ਕੱਢ ਕੇ ਲੈ ਕੇ ਆਏ ਤੇ ਸੰਗਤ ਜੀ ਉਸ ਤੋਂ ਬਾਅਦ ਮਹਾਰਾਜ ਨੇ ਸਰਸਾ ਪਾਰ ਕਰਨ ਦਾ ਹੁਕਮ ਕੀਤਾ ਪਰ ਇੱਕ ਗੱਲ ਨੋਟ ਕਰ ਲਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਰਸਾ ਤੇ ਬੈਠੇ ਦੇਖੋ ਫੌਜ ਵੀ ਉਧਰੋਂ ਚੜ ਕੇ ਆ ਰਹੀ ਹੈ ਮਹਾਰਾਜ ਨੇ ਨਿਤਨੇਮ ਨਹੀਂ ਖੁੱਚਣ ਦਿੱਤਾ ਮਹਾਰਾਜ ਕਹਿੰਦੇ ਨਿਤਨੇਮ ਕਰਨਾ ਭਾਵੇਂ ਫੌਜ ਚੜ ਕੇ ਆ ਜਾਵੇ ਕੋਈ ਗੱਲ ਏਦਾਂ ਹੀ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦੇ ਜਦੋਂ ਸਰਸਾ ਨਦੀ ਤੇ ਵੀ ਉਹਨਾਂ ਨੇ ਨਿਤਨੇਮ ਕੀਤਾ ਠੰਡੇ ਪਾਣੀ ਵਿੱਚ ਦੀ ਲੰਘੇ ਬਹੁਤੇ ਦਿਨ ਸੀ ਆ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਜਦੋਂ ਉਹ ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬਜ਼ਾਦੇ ਵਿਛੜ ਗਏ ਨਾ ਪਰਿਵਾਰ ਸਰਸਾ ਨਦੀ ਤੋਂ ਵਿਛੜ ਗਿਆ ਗੰਗੂ ਦੇ ਘਰੇ ਗਏ ਗੰਗੂ ਦੇ ਘਰੇ ਵੀ ਨਿਤਨੇਮ ਕੀਤਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇੰਨੀਆਂ ਮੁਸ਼ਕਲਾਂ 'ਚ ਵੀ ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬਜ਼ਾਦੇ ਨੇ ਉੱਥੇ ਪਾਣੀ ਪੜੀ ਫਿਰ ਇੱਕ ਰਾਤ ਥਾਣੇ ਮਰਿੰਡੇ ਵਿੱਚ ਕੱਟੀ ਉੱਥੇ ਸਾਹਿਬਜ਼ਾਦੇ ਨੇ ਆਪਣੀ ਦਾਦੀ ਮਾਤਾ ਦੀ ਬੁੱਕਲ 'ਚ ਬਹਿ ਕੇ ਬਾਣੀ ਪੜੀ ਫਿਰ ਉਹ ਠੰਡੇ ਬੁਰਜ ਵਿੱਚ ਕੈਦ ਕੀਤਾ ਜਿਹੜਾ ਬੁਰਜ ਬੜੀ ਉੱਚੀ ਜਗ੍ਹਾ ਤੇ ਬਣਿਆ
ਠੰਡੀ ਫਰਸ਼ ਹੈ ਉਹ ਬੁਰਜ ਵਿੱਚ ਬਹਿ ਕੇ ਪਾਣੀ ਪੜੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਪਰ ਇਹ ਗੱਲ ਨੋਟ ਕਰ ਲਿਓ ਦੇਖੋ ਹੁਣ ਮੁਸ਼ਕਲ ਕਿੰਨੀ ਸੀ ਉਹਨਾਂ ਦੇ ਮੀਂਹ ਪੈਂਦਾ ਸੀ ਗਿੱਲੇ ਕੱਪੜੇ ਸੀ ਇੰਨੀ ਠੰਡ ਸੀ ਪੋਹ ਦੇ ਦਿਨ ਸੀ ਆਪਾਂ ਨੰਗੇ ਪੈਰੀ ਵੀ ਨਹੀਂ ਤੁਰ ਸਕਦੇ ਪੋਹ ਦੇ ਦਿਨਾਂ 'ਚ ਮੋਟੇ ਕੱਪੜੇ ਵੀ ਉਹਨਾਂ ਦੇ ਕੋਲ ਨਹੀਂ ਸੀ ਤੇ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਉਹ ਦਾਦੀ ਮਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਇੰਨੀ ਠੰਡ ਵਿੱਚ ਵੀ ਪਾਣੀ ਨਾਲ ਜੋੜਿਆ ਉਹ ਦਾਦੀ ਮਾਂ ਨੇ ਆਪਣੇ ਪੋਤਿਆਂ ਨੂੰ ਬੁੱਕਲ ਦਾ ਨਿੱਘ ਦਿੱਤਾ ਠੰਡੇ ਬੁਰਜ 'ਚ ਬਹਿ ਕੇ ਵੀ ਆਪਣੇ ਪੋਤਿਆਂ ਨੂੰ ਪਾਣੀ ਪੜਾਈ ਤੇ ਅੱਜ ਦੀਆਂ ਦਾਦੀਆਂ ਪਤਾ ਆਪਣੇ ਪੋਤਿਆਂ ਨੂੰ ਕੀ ਕਹਿੰਦੀਆਂ ਅੱਜ ਦੀਆਂ ਦਾਦੀਆਂ ਦਾ ਪੁੱਤ ਆਪਣੇ ਪੋਤਿਆਂ ਨੂੰ ਕਹਿੰਦੀਆਂ ਪੁੱਤ ਆਹ ਫੜ ਟੀਵੀ ਦਾ ਰਿਮੋਟ ਆਹ ਫੜ ਮੋਬਾਈਲ ਤੇ ਰਜਾਈ 'ਚੋਂ ਨਾ ਬਾਹਰ ਨਿਕਲੀ ਤੈਨੂੰ ਠੰਡ ਲੱਗ ਜਾਊਗੀ ਅੱਜ ਦੀਆਂ ਦਾਦੀਆਂ ਇੱਦਾਂ ਆਪਣੇ ਬੱਚਿਆਂ ਨਾਲ ਟ੍ਰੀਟ ਕਰਦੀਆਂ ਨੇ ਪੋਤਿਆਂ ਦੇ ਨਾਲ ਵੀ ਪੁੱਤ ਰਜਾਈ 'ਚੋਂ ਨਾ ਬਾਹਰ ਨਿਕਲੀ ਤੈਨੂੰ ਤਾਂ ਠੰਡ ਲੱਗ ਜਾਊਗੀ ਆਹ ਫੜ ਕਾਰਟੂਨ ਵੇਖੀ ਚੱਲ ਤੇ ਜਿਹੜੇ ਹੱਥਾਂ 'ਚ ਤੁਸੀਂ ਗੁਰਬਾਣੀ ਦੇ ਬੱਚਿਆਂ ਨੇ ਗੁੱਟ ਕੇ ਦੇਣੇ ਤੁਸੀਂ ਮੋਬਾਈਲ ਦਿੰਦੇ ਹੋ ਜਾਂ ਟੀਵੀ ਦੇ ਰਿਮੋਟ ਦਿੰਦੇ ਹੋ ਇਹ ਤੁਸੀਂ ਆਪ ਖਰਾਬ ਕਰ ਰਹੇ ਹੋ ਉਹਨਾਂ ਨੂੰ ਤੇ ਜਿੰਨੇ ਤੁਸੀਂ ਕਹਿੰਦੇ ਵੀ ਬੱਚੋ ਕਾਰਟੂਨ ਵੇਖ ਲਓ ਬੈਠੇ ਰੋੜ ਜਾਈ ਜੋ ਨਾ ਬਾਹਰ ਨਿਕਲੋ ਉਹਨਾਂ ਨੂੰ ਵਾਹਿਗੁਰੂ ਦੀ ਬਾਣੀ ਦਾ ਜਾਪ ਕਰਾਓ ਮੂਲ ਮੰਤਰ ਦੀ ਬਾਣੀ ਦਾ ਜਾਪ ਕਰਵਾ ਲਓ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਬੇਨਤੀ ਹੈ ਇਹਨਾਂ ਗੱਲਾਂ ਤੇ ਆਪਾਂ ਅਮਲ ਕਰੀਏ ਉਹ ਦਾਦੀ ਮਾਂ ਨੇ ਵੀ ਇੰਨੀ ਠੰਡ 'ਚ ਆਪਣੇ ਪੋਤਿਆਂ ਨੂੰ ਬਾਣੀ ਨਾਲ ਜੋੜਿਆ ਤੇ ਆਪਾਂ ਵੀ ਜੋੜੀਏ ਸੋ ਆ ਇਹਨਾਂ ਗੱਲਾਂ ਤੇ ਧਿਆਨ ਦੇਈਏ ਆਪਾਂ ਬਾਬਾ ਜੀਵਨ ਸਿੰਘ ਜੀ ਉਹ ਮਾਰ ਕਹੀਏ ਉਹ ਮਰਤ ਨੇ ਉਸ ਯੁੱਧ ਨੇ ਕਿੱਦਾਂ ਲਾਸਟ ਟਾਈਮ ਤੱਕ ਆਖਰੀ ਸਾਹ ਤੱਕ ਆਖਰੀ ਦਮ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਥ ਨਿਭਾਇਆ ਹੁਣ ਸੰਗਤ ਜੀ ਦੁਨੀਆ ਦੀ ਸਭ ਤੋਂ ਵੱਡੀ ਜੰਗ ਹੋਈ ਹੈ 22 ਦਸੰਬਰ ਹੈ ਜਿਹੜਾ ਸਾਲ ਦਾ ਦਿਨ ਹੈ 22 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਮੰਨਿਆ ਜਾਂਦਾ ਹੁਣ ਤਿੰਨ ਸਭ ਤੋਂ ਛੋਟਾ ਦੇ ਜੰਗ ਦੁਨੀਆ ਦੀ ਸਭ ਤੋਂ ਵੱਡੀ ਇੱਕ ਪਾਸੇ 10 ਲੱਖ ਤੇ ਦੂਜੇ ਪਾਸੇ 40 ਹੁਣ 40 10 ਲੱਖ ਦੇ ਨਾਲ ਲੜਨਗੇ ਹੁਣ 22 ਦਸੰਬਰ ਨੂੰ ਜਦੋਂ ਜੰਗ ਹੋ ਰਿਹਾ ਚਮਕੌਰ ਦਾ ਹੁਣ ਉਹ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਯੋਧੇ ਨੇ ਤੀਰ ਚਲਾਏ ਹੁਣ ਗੁਰੂ ਸਾਹਿਬ ਨੇ ਆਪ ਤੀਰ ਚਲਾਏ ਇੱਕ ਸ਼ਹਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਦੀ ਸਿਫਤ ਕਰਦਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਬੜੀ ਸੂਰਮਾ ਫੜ ਕੇ ਹਰ ਤੀਰ ਕਮਾ ਜਦੋਂ ਰਣ ਨੱਚਿਆ ਉਹ ਥਰ ਥਰ ਕੰਬੀ ਫੌਜ ਨੂੰ ਸੀ ਤਰ ਤਰ ਕੜਕ ਨਖਾਰਾ ਨੱਚਿਆ ਉਹ ਕੰਬ ਕੇ ਸਭ ਤੀਰ ਵੇਖ ਕੇ ਪਤਾ ਨਹੀਂ ਕੀ ਕਰਦਾ ਸ਼ਮਸ਼ੀਰ ਜੀਓ ਉਹ ਕਹਿੰਦਾ ਚਾਰ ਕਮਾਨੋਂ ਛੱਡਿਆ ਚਾਰ ਕਮਾਨੋਂ ਛੱਡਿਆ ਵੀ ਜ਼ਾਲਮ ਚੁੰਝਣ ਮਾਰੇ ਗੁਰਾਂ ਦੇ ਤੀਰ ਦੇ ਕਹਿੰਦਾ ਨਿਹੰਗ ਪਿੰਡ ਰੱਤ ਪਿੰਡ ਤੇ ਮਾਰ ਉਡਾਰੀ ਗਿਆ ਕਮਾਨੋਂ ਛੂਕਦਾ ਕਹਿੰਦਾ ਫਿਰੇ ਮੌਤ ਦਾ ਕਾਸਤ ਭੱਜਾ ਵਿੱਚ ਦਰਾਂ ਦੇ ਚੁਣ ਚੁਣ ਵੈਰੀ ਮਾਰੂ ਛੂਕਦਾ ਤੇ ਜ਼ਾਲਮੇ ਆਖੇ ਤੌਬਾ ਤੌਬਾ ਜ਼ਾਲਮੇ ਆਖੇ ਤੌਬਾ ਤੌਬਾ ਕਹਿੰਦੇ ਸਾਡੀ ਬਸ ਕਰਾ ਦਿਓ ਦਸਵੇਂ ਪੀਰ ਨੇ ਓਏ ਕਹਿੰਦਾ ਚਾਰ ਕਮਾਨੋਂ ਛੱਡਿਆ ਚਾਰ ਕਮਾਨੋਂ ਛੱਡਿਆ ਜ਼ਾਲਮ ਚੁੰਝਣ ਮਾਰੇ ਗੁਰਾਂ ਦੇ ਤੀਰ ਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਬਾਬਾ ਜੀਵਨ ਸਿੰਘ ਸੀ ਜਿਹੜੇ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਕਲਗੀ ਤੋੜਾ ਦੇ ਦਿੱਤਾ ਤੇ ਮਾਰੇ ਕਹਿ ਕੇ ਗਏ ਵੀ ਨਗਾਰੇ ਤੇ ਆਖਰੀ ਸਾਹ ਤੱਕ ਆਖਰੀ ਦਮ ਤੱਕ ਚੋੜ ਲਾਉਣੀ ਹੈ ਤੇ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਆਪਣੀ ਤਲਵਾਰ ਬਾਬਾ ਜੀ ਮਸਤ ਨੂੰ ਦੇ ਕੇ ਗਏ ਤੇ ਹੁਣ ਜਦੋਂ ਆਖਰੀ ਦਮ ਤੱਕ ਲੜਨ ਦਾ ਫੈਸਲਾ ਕੀਤਾ ਹੁਣ ਜਦੋਂ ਮੈਦਾਨ ਦੇ ਜੰਗ ਦੇ ਜਿਹੜੇ ਵੈਰੀ ਸੀ ਉਹ ਗੜੀ ਦੇ ਉੱਤੇ ਨੇੜੇ ਆ ਗਏ ਚੜ ਕੇ ਆ ਗਏ ਤੇ ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਜਦੋਂ ਗੜੀ ਦੇ ਅੰਦਰ ਵੈਰੀ ਦਾਖਲ ਹੋ ਗਏ ਤੇ ਬਾਬਾ ਜੀਵਨ ਸਿੰਘ ਨੇ ਆਪਣੇ ਤਲਵਾਰ ਕੱਢ ਕੇ ਦੋ ਤਰ੍ਹਾਂ ਖੰਡਾ ਕੱਢ ਕੇ ਵੈਰੀ ਨਾਲ ਟੱਕਰਾ ਕੀਤਾ ਤੇ ਆਖਰੀ ਦਮ ਤੱਕ ਲੜਦੇ ਰਹੇ ਸ਼ਹੀਦ ਹੋ ਗਏ ਉਹਨਾਂ ਦਾ ਸੀਸ ਕੱਟ ਕੇ ਦਿੱਲੀ ਦੀ ਧਰਤੀ ਲੈ ਕੇ ਗਏ ਤੇ ਉੱਥੇ ਪਹਿਚਾਣ ਕਰਾਈ ਪਰ ਉਹ ਕਹਿੰਦੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਨਹੀਂ ਬਾਬਾ ਜੀਵਨ ਸਿੰਘ ਹੈ ਤੇ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਫਿਰ ਇੱਕ ਵਾਰੀ ਸਾਡੇ ਕੋਲੋਂ ਬਚ ਕੇ ਚਲੇ ਗਏ ਸੋ ਆਓ ਮੇਰਾ ਸਮਾਂ ਸਮਾਪਤ ਹੈ ਧੰਨਵਾਦ ਕਰਦੇ ਮੈਂ ਤਾਂ ਚਾਹੁੰਦਾ ਸੀ ਇੱਕ ਢਾਡੀ ਵਾਰ ਲਾਈ ਜਾਵੇ ਵੀਰ ਅਸੀਂ ਢਾਡੀ ਵਾਰ ਤੋਂ ਬਿਨਾਂ ਸਟੇਜ ਅਧੂਰੀ ਰਹਿੰਦੀ ਢਾਡੀਆਂ ਦੀ ਚਲੋ ਕੋਈ ਗੱਲ ਨਹੀਂ ਟਾਈਮ ਹੋ ਗਿਆ ਧੰਨਵਾਦ ਕਰਦੇ ਹਾਂ ਸਾਰੇ ਪ੍ਰਬੰਧਕ ਸਾਹਿਬਾਨ ਜਿਨ੍ਹਾਂ ਨੇ ਸਾਡੇ ਜਿੱਤ ਨੂੰ ਬੁਲਾਇਆ ਸਮਾਂ ਦਿੱਤਾ ਤੇ ਦੂਜਾ ਧੰਨਵਾਦ ਵੱਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਗੁਰੂ ਜਿਨ੍ਹਾਂ ਦੇ ਕਰਕੇ ਸਾਧ ਸੰਗਤ ਵਿੱਚ ਬੈਠੇ ਹਾਂ ਤੇ ਕਿਉਂਕਿ ਜਿਹੜਾ ਟਾਈਮ ਹੈ ਹਰ ਕੋਈ ਨੌਜਵਾਨ ਚਾਹੁੰਦਾ ਵੀ ਮੈਂ ਚੰਗਾ ਕਲਾਕਾਰ ਬਣ ਜਾਵਾਂ ਢਾਡੀ ਰੰਗੀ ਬਣ ਲਈ ਕੋਈ ਵੀ ਤਿਆਰ ਅਸੀਂ ਇਸ ਪਾਸੇ ਲੱਗੇ ਚਲੋ ਮਹਾਰਾਜ ਦੀ ਕਿਰਪਾ ਤੁਸੀਂ ਯਾਦ ਕੀਤਾ ਨਾਲ ਨਾਲ ਪੜ੍ਹਾਈ ਵੀ ਕਰਦੇ ਹਾਂ ਨਾਲ ਨਾਲ ਢਾਡੀ ਗਲਾਂ ਨੂੰ ਵੀ ਕਾਇਮ ਰੱਖਿਆ ਸੋ ਆਓ ਇੰਨੀਆਂ ਵਿਚਾਰਾਂ ਕਰ ਦੇਖਿਓ ਮਾਰੇ ਜਾਜ ਖਾਂ ਬਲਵਿੰਦਰ ਸਿੰਘ ਜੀ ਸਾਊਂਡ ਜਮਾਣੇ ਵਾਲੇ ਬਹੁਤ ਵਧੀਆ ਸਾਊਂਡ ਹੈ ਧੰਨਵਾਦ ਕਰਦੇ ਇਹਨਾਂ ਦਾ ਔਰ ਮੇਰੇ ਜੱਥੇ ਦੇ ਸਾਥੀ ਚਰਨਦੀਪ ਸਿੰਘ ਚੰਨ ਗੁਰਦਿੱਤ ਸਿੰਘ ਸਰੰਗੀ ਮਾਸਟਰ ਗੁਰਸਿਮਰਨ ਸਿੰਘ ਗਿੱਲ ਦਾ ਸਟੱਡੀ ਫਲਕਰਨ ਸਿੰਘ ਬਾਜ ਆਗਿਆ ਮੰਗਦੇ ਆ ਕਾਰਡ ਦੀ ਹੋਵੇ ਕਾਰਡ ਤੁਸੀਂ ਲੈ ਸਕਦੇ ਹੋ ਯੂਟਿਊਬ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬਲਕਰਨ ਸਿੰਘ ਬਾਜ ਸਰਚ ਕਰਕੇ ਸੁਣ ਸਕਦੇ ਹੋ ਧੰਨਵਾਦ ਆਪ ਜੀ ਦਾ ਆਓ ਬਲਕਰਨ ਸਿੰਘ ਬਾਜ ਜੱਥੇ ਨੂੰ ਬਖਸ਼ੋ ਖਿਮਾ ਕਦੇ ਬਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।